सत श्री अकाल जी, मेरा नाम जासमिन, मेरा पिंड रोड़का कलान पंजाब के विच। मैं बॉर्न हुई है जर्मन च, ते मैं मेरी स्टडी खत्म हो गई है ते मैं हुण जर्मन बॉर्डर पुलिस विच जॉइन हुई। गरपाल कौर केड़ा पिंड? रोड़का कलान। अच्छा, बाहर कुड़ी पुलिस दे विच जिहड़ी सिलेक्ट हुई है, हां ओ की लगदी तुहाडे? ओ मेरी पोती लगदी। की नाम है? ओया जासमिन। उधर नहीं जमे पड़ी? हां जी, उधर ही जा रहे मोदा उधर लई है। सानू फिर पाया सगा फोन च। हां फिर गड्डी चलांदा मेरा मुंडा। होर परिवार च कोई नहीं, मां फिर दो भैणा, एक भरा छोटा है। तनवीर ओहदा नाम। बड़ी आना पवनबीत। पवनबीत पता लगा जदों फिर पिंड दे विच जां परिवार दे विच? ਹਾਂਜੀ, ਸਾਨੂੰ ਉਦੋਂ ਹੀ ਫੋਨ ਕਰ ਦਿੱਤਾ ਸੀ ਉਹਨਾਂ ਨੇ। ਮਾਹੌਲ ਕਿਦਾਂ ਦਾ ਸੀਗਾ ਜਦੋਂ ਪਤਾ ਲੱਗਾ? ਹਾਂਜੀ, ਮਾਹੌਲ ਵਧੀਆ ਸੀ, ਮਾਹੌਲ ਬਹੁਤ ਵਧੀਆ ਸੀਗਾ। ਖੁਸ਼ੀ ਸੀ ਪਰਿਵਾਰ ਦੇ ਵਿੱਚ? ਹਾਂਜੀ, ਖੁਸ਼ੀ ਸੀ ਬਹੁਤ, ਸਾਨੂੰ ਖੁਸ਼ੀ ਬਹੁਤ ਹੋਈ ਤੇ ਸਾਰਿਆਂ ਨੇ ਫਿਰ ਸਿਲੈਕਟ ਕਰ ਦਿੱਤਾ, ਫੋਨ ਕਰ ਦਿੱਤੇ ਸਾਰਿਆਂ ਨੇ। ਤਾਂ ਉਹ ਕਹਿੰਦੇ ਬਹੁਤ ਸੋਹਣਾ। ਫਿਰ ਮਨਜੀਤ ਨੂੰ ਫੋਨ ਕੀਤਾ, ਕਹਿੰਦਾ ਤੇਰੀ ਪੋਤੀ ਹੋਈ ਆ। ਮੈਂ ਕਿਹਾ ਮੇਰੀ ਤਾਂ ਪੋਤੀ ਫਿਰ ਲਓ। ਹਾਂ, ਬਹੁਤ ਖੁਸ਼ ਹੋਏ ਸਾਰੇ। ਪੰਜਾਬੀ ਹੁਣ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਮੱਲਾ ਮਾਰ ਰਹੇ ਆ, ਉੱਥੇ ਜਾ ਕੇ ਸਿਲੈਕਟ ਹੋ ਰਹੇ। ਪਿੰਡ ਵੱਲੋਂ ਵੀ ਫਿਰ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ? ਵਧਾਈਆਂ ਦੇਣ ਆਏ ਆ ਫਿਰ ਲੋਕ? ਹਾਂਜੀ ਹਾਂਜੀ ਹਾਂਜੀ, ਆਂਢ ਗੁਆਂਢ ਆਇਆ ਸੀ ਜਿੱਦਾਂ ਜਿੱਦਾਂ ਪਤਾ ਲੱਗਾ, ਉਹਨੂੰ ਦੱਸਿਆ ਸੀ। ਬਾਬਾ ਜੀ ਤਾਂ ਤੁਹਾਡੇ ਵਿਦਿਆ ਵੈਸੇ ਕਰ ਪਹਿਲਾਂ ਰਹੇ ਤੇ ਕੁੜੀਆਂ ਨੂੰ ਪੜਾਉਂਦੇ ਨਹੀਂ ਸੀਗੇ? ਹਾਂਜੀ, ਅੱਜ ਬੱਚੇ ਪੜ੍ਹਦੇ ਆ। ਹਾਂਜੀ, ਹੁਣ ਤਾਂ ਪੜ੍ਹਦੇ ਬੱਚੇ ਆ ਕੇ ਨਾਮ ਰੋਸ਼ਨ ਕਰ ਰਹੇ। ਕੀ ਲੋਕਾਂ ਨੂੰ ਕੀ ਸੰਦੇਸ਼? ਹਾਂਜੀ, ਕੋ ਰੋਸ਼ਨ ਕੀਤਾ ਉਹਨੇ ਦਾਦੀ ਬਾਬੇ ਦਾ, ਸਾਡਾ ਰੋਸ਼ਨ ਸਾਂਭਲਾ ਕੀਤਾ। ਜਿੱਥੇ ਪੰਜਾਬੀਆਂ ਤੇ ਸਿੱਖਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਜਾ ਕੇ ਵੱਡੀਆਂ ਤਰੱਕੀਆਂ ਕੀਤੀਆਂ ਹਨ, ਅਮਰੀਕਾ ਅੰਦਰ, ਕੈਨੇਡਾ ਅੰਦਰ, ਇੰਗਲੈਂਡ ਅੰਦਰ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਪੰਜਾਬੀ ਵੱਸਦੇ ਆ, ਉਹਨਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਅਤੇ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿੰਡ ਰੁੜਕਾ ਕਲਾਂ ਤੋਂ ਸਵਰਗਵਾਸੀ ਸਰਦਾਰ ਰੱਖਾ ਸਿੰਘ ਜੀ, ਮਾਤਾ ਹਰਬੰਸ ਕੌਰ ਜੀ ਅਤੇ ਇਹਨਾਂ ਦੇ ਸਪੁੱਤਰ ਸਾਡਾ ਛੋਟਾ ਵੀਰ ਮਨਜੀਤ ਸਿੰਘ ਅਤੇ ਉਹਨਾਂ ਦੀ ਜੀਵਨ ਸਾਥਣ ਬੀਬੀ ਸਰਜੀਤ ਕੌਰ, ਜੋ ਲੰਬੇ ਸਮੇਂ ਤੋਂ ਯੂਰਪ ਅੰਦਰ ਜਰਮਨ ਅੰਦਰ ਰਹਿ ਰਹੇ ਨੇ ਅਤੇ ਉੱਥੇ ਆਪਣਾ ਕਾਰੋਬਾਰ ਕਰ ਰਹੇ ਨੇ, ਉਹਨਾਂ ਦੀ ਬੇਟੀ ਸਾਡੀ ਭਤੀਜੀ ਜੈਸਮੀਨ ਕੌਰ, ਜਿਹਨੇ ਪੁਲਿਸ ਬਾਰਡਰ ਅੰਦਰ ਜੁਆਇਨਿੰਗ ਕੀਤੀ ਆ। ਸਾਨੂੰ ਇਸ ਗੱਲ ਦੀ ਖੁਸ਼ੀ ਆ, ਵਧਾਈ ਆ ਕਿ ਅੱਗੇ ਵੀ ਰੁੜਕਾ ਕਲਾਂ ਤੋਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ, ਸਾਡੀਆਂ ਬੱਚੀਆਂ ਨੇ, ਸਾਡੇ ਪਿੰਡ ਦਾ ਨਾਮ ਜਿਨ੍ਹਾਂ ਨੇ ਉੱਚਾ ਕੀਤਾ ਹੈ ਇੰਗਲੈਂਡ, ਕੈਨੇਡਾ, ਅਮਰੀਕਾ ਦੀ ਧਰਤੀ ਉੱਤੇ ਅਤੇ ਯੂਰਪ ਅੰਦਰ, ਇਹ ਸਾਡੀ ਬੇਟੀ ਨੇ ਜੋ ਹੈ ਗ੍ਰੈਜੂਏਸ਼ਨ ਕਰਕੇ ਔਰ ਕੋਰਸ ਕਰਕੇ ਇਹਨੇ ਪੁਲਿਸ ਜੁਆਇਨ ਕੀਤੀ ਹੈ, ਪੁਲਿਸ ਬਾਰਡਰ ਦੇ ਵਿੱਚ ਅੱਜ ਜੁਆਇਨ ਕੀਤਾ ਹੈ। ਅਤੇ ਅਸੀਂ ਰੁੜਕਾ ਕਲਾਂ ਵਿੱਚ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਆਪਣੇ ਹੀ ਪਰਿਵਾਰ ਨੂੰ, ਛੋਟਾ ਵੀਰ ਮਨਜੀਤ ਸਿੰਘ ਅਤੇ ਬੀਬੀ ਸਰਜੀਤ ਕੌਰ ਨੂੰ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ, ਪਿੱਛੇ ਰਹਿੰਦੇ ਹੋਏ ਉਹਨਾਂ ਦੇ ਸਤਿਕਾਰਯੋਗ ਚਾਚੀ ਜੀ ਬੀਬੀ ਗੁਰਪਾਲ ਕੌਰ ਜੀ, ਸਮੁੱਚੇ ਪਰਿਵਾਰ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਅਤੇ ਪੰਜਾਬ ਵਾਸੀਆਂ ਨੂੰ ਇਹ ਬੜੀ ਇੱਕ ਖੁਸ਼ੀ ਵਾਲੀ ਗੱਲ ਆ ਕਿ ਯੂਰਪ ਅੰਦਰ ਪਿੰਡ ਰੁੜਕਾ ਕਲਾਂ ਦਾ ਨਾਮ ਉੱਚਾ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।